ਤੁਸੀਂ ਆਪਸ਼ਨਾਂ ਟ੍ਰੇਡ ਕਰਨੀਆਂ ਚਾਹੁੰਦੇ ਆ ਅਤੇ ਉਹ ਕਰਨੀਆਂ ਚਾਹੁੰਦੇ ਆ ਜਿਹਦੇ ਵਿੱਚ ਲਿਮਿਟਡ ਰਿਸਕ ਹੋਵੇ, ਅਤੇ ਉਹ ਇੱਕ ਸਟ੍ਰੈਟਜੀ ਅੱਜ ਮੈਂ ਲੈ ਕੇ ਆਇਆ ਤੁਹਾਡੇ ਲਈ, ਜਿਹਨੂੰ ਕਹਿੰਦੇ ਨੇ ਕਾਲ ਵਰਟੀਕਲ ਸਪਰੈਡ, ਡੈਬਿਟ ਸਪਰੈਡ ਸਟ੍ਰੈਟਜੀ। ਸੋ ਇਹ ਚਾਰ ਤਰੀਕੇ ਦੀਆਂ ਨੇ। ਇਸ ਵੀਡੀਓ ਦੇ ਵਿੱਚ ਆਪਾਂ ਇੱਕ ਦੀ ਗੱਲ ਕਰਾਂਗੇ ਅਤੇ ਉਹਦੇ ਵਿੱਚ ਕਿੱਦਾਂ ਐਂਟਰ ਹੋਣਾ, ਕਿੱਦਾਂ ਪ੍ਰੋਫਿਟ ਹੋਣਾ, ਹੁੰਦੀ ਕੀ ਆ, ਸਾਰੀਆਂ ਚੀਜ਼ਾਂ ਬਾਰੇ ਆਪਾਂ ਗੱਲਬਾਤ ਕਰਨੀ ਇਸ ਵੀਡੀਓ ਦੇ ਵਿੱਚ। ਐਂਡ ਤੱਕ ਜ਼ਰੂਰ ਬਣੇ ਰਹੋ, ਕਾਪੀ ਪੈਨ ਜ਼ਰੂਰ ਚੱਕ ਲਿਓ, ਕਿਉਂਕਿ ਜੇ ਤੁਸੀਂ ਰਾਈਟ ਡਾਊਨ ਕਰ ਲਓਗੇ ਤਾਂ ਤੁਹਾਨੂੰ ਸਮਝ ਲੱਗ ਜੂਗੀ ਜਲਦੀ, ਕਿਉਂਕਿ ਵੀਡੀਓ ਥੋੜ੍ਹੀ ਜਿਹੀ ਲੰਮੀ ਆ। ਮੈਂ ਆਲਵੇਜ਼ ਛੋਟੀਆਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦਾ, ਪਰ ਇਹਨੂੰ ਪ੍ਰੋਪਰ ਸਮਝਾਉਣ ਲਈ ਵੀਡੀਓ ਥੋੜ੍ਹੀ ਜਿਹੀ ਲੰਮੀ ਬਣਾਉਣੀ ਪੈਣੀ ਆ। ਪਰ ਇਹ ਮੇਰੀ ਗਰੰਟੀ ਆ ਕਿ ਜੇ ਤੁਸੀਂ ਕਾਪੀ ਪੈਨ ਚੱਕ ਲਿਆ ਤਾਂ ਐਂਡ ਤੱਕ ਸਮਝ ਜ਼ਰੂਰ ਲਓਗੇ, ਅਤੇ ਜੇ ਐਂਡ ਤੱਕ ਨਾ ਸਮਝ ਲੱਗੀ ਤਾਂ ਚਾਹੇ ਕਮੈਂਟ ਕਰ ਦਿਓ ਕਿ ਭਾਅ ਜੀ ਨਹੀਂ ਸਮਝ ਲੱਗੀ, ਪਰ ਐਂਡ ਤੱਕ ਜੇ ਵੀਡੀਓ ਨੂੰ ਪ੍ਰੋਪਰਲੀ ਵਾਚ ਕਰ ਦਿਓ ਤਾਂ ਜ਼ਰੂਰ ਸਮਝ ਲੱਗੂਗੀ। ਸੋ ਉਸ ਤੋਂ ਪਹਿਲਾਂ ਇਹੀ ਰਿਕੁਐਸਟ ਆ ਕਿ ਜੇ ਤੁਹਾਡੇ 'ਚੋਂ ਕਿਸੇ ਨੇ ਆਪਣਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਸਬਸਕ੍ਰਾਈਬ ਕਰ ਲਿਓ, ਕਿਉਂਕਿ ਇੱਦਾਂ ਦੀਆਂ ਆਪਸ਼ਨ ਟ੍ਰੇਡਿੰਗ ਦੀਆਂ ਵੀਡੀਓ ਹੋਰ ਬਹੁਤ ਆਉਣੀਆਂ ਨੇ। ਜਿਹੜਾ ਇੱਕ ਲੋਕਾਂ ਦੇ ਵਿੱਚ ਡਰ ਪਿਆ ਹੋਇਆ, ਹਵਾ ਜਿਹਾ ਬਣਿਆ ਹੋਇਆ ਕਿ ਆਪਸ਼ਨ ਟ੍ਰੇਡਿੰਗ ਹੈ, ਰਿਸਕੀ ਆ, ਥੋੜ੍ਹੀ ਜਿਹੀ ਆਪਾਂ ਨਹੀਂ ਕਰ ਸਕਦੇ, ਉਹ ਕੱਢਣ ਦੇ ਲਈ ਮੈਂ ਕੋਸ਼ਿਸ਼ ਕਰੂੰਗਾ ਕਿ ਜਿਹੜਾ ਕੌਨਫੀਡੈਂਸ ਆ ਤੁਹਾਨੂੰ ਦਿੱਤਾ ਜਾਵੇ ਅਤੇ ਵੱਧ ਤੋਂ ਵੱਧ ਨੌਲੇਜ ਜਿਹੜੀ ਆ ਆਪਸ਼ਨ ਟ੍ਰੇਡਿੰਗ ਬਾਰੇ ਦੇਵਾਂ। ਇਸ ਕਰਕੇ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ। ਸੋ ਨੈਕਸਟ ਆਪਾਂ ਗੱਲ ਕਰਦੇ ਹਾਂ ਹੁਣ ਡੈਬਿਟ ਸਪਰੈਡ ਆਪਸ਼ਨ ਸਟ੍ਰੈਟਜੀ ਹੁੰਦੀ ਕੀ ਹੈ, ਠੀਕ ਹੈ। ਸੋ ਇੱਥੇ ਥੋੜ੍ਹੀ ਜਿਹੀ ਅੰਗਰੇਜ਼ੀ ਆ, ਨਾਲ ਦੀ ਨਾਲ ਮੈਂ ਪੰਜਾਬੀ ਕਰੀ ਜਾਣੀ ਆ, ਤੁਹਾਨੂੰ ਸਮਝਾਈ ਵੀ ਜਾਣਾ ਵਾ। ਕਹਿੰਦਾ ਡੈਬਿਟ ਸਪਰੈਡ ਆਪਸ਼ਨ ਸਟ੍ਰੈਟਜੀ ਕਾਲ ਇਨਵੋਲਵਸ ਬਾਇੰਗ ਐਂਡ ਸੈਲਿੰਗ ਟੂ ਕਾਲ ਆਪਸ਼ਨ। ਸੋ ਇੱਕ ਕਾਲ ਆਪਾਂ ਬਾਏ ਕਰਨੀ ਆ ਅਤੇ ਇੱਕ ਸੈੱਲ ਕਰ ਦੇਣੀ ਆ, ਠੀਕ ਹੈ, ਵਿਦ ਡਿਫਰੈਂਟ ਸਟ੍ਰਾਈਕ ਪ੍ਰਾਈਸਿਸ। ਤਾਂ ਉਹਨਾਂ ਦੋਵਾਂ ਦਾ ਸਟ੍ਰਾਈਕ ਪ੍ਰਾਈਸ ਡਿਫਰੈਂਟ ਹੋਣਾ, ਜਿਹੜੀ ਬਾਏ ਕਰਨੀ ਉਹਦਾ ਸਟ੍ਰਾਈਕ ਪ੍ਰਾਈਸ ਡਿਫਰੈਂਟ ਹੋਊਗਾ, ਜਿਹੜੀ ਸੈੱਲ ਕਰਨੀ ਹੈ ਕਾਲ ਉਹਦਾ ਸਟ੍ਰਾਈਕ ਪ੍ਰਾਈਸ ਡਿਫਰੈਂਟ ਹੋਊਗਾ, ਬਟ ਐਕਸਪਾਇਰੀ ਸੇਮ ਹੋਊਗੀ ਦੋਵਾਂ ਦੀ, ਠੀਕ ਹੈ। ਇੱਥੇ ਅਜੇ ਨਹੀਂ ਘਬਰਾਉਣਾ ਤੁਸੀਂ ਕਿ ਯਾਰ ਸਮਝ ਨਹੀਂ ਲੱਗੀ ਕੀ ਕਿਹਾ ਭਾਅ ਜੀ ਨੇ, ਐਂਡ ਤੱਕ ਤੁਹਾਨੂੰ ਮੈਂ ਜਿੱਦਾਂ ਗਰੰਟੀ ਕੀਤੀ ਹੈ ਕਿ ਸਮਝ ਜ਼ਰੂਰ ਲੱਗ ਜੂਗੀ, ਕਾਪੀ ਪੈਨ ਚੱਕ ਲਿਓ ਅਤੇ ਐਂਡ ਤੱਕ ਦੇਖਿਓ ਜ਼ਰੂਰ, ਠੀਕ ਹੈ। ਸੋ ਇੱਕ ਆਪਾਂ ਕਾਲ ਬਾਏ ਕਰ ਲੈਣੀ ਆ, ਇੱਕ ਸੈੱਲ ਕਰ ਦੇਣੀ ਆ, ਸਟ੍ਰਾਈਕ ਪ੍ਰਾਈਸ ਡਿਫਰੈਂਟ ਹੋਊਗਾ ਅਤੇ ਐਕਸਪਾਇਰੀ ਜਿਹੜੀ ਆ ਸੇਮ ਹੋਊਗੀ। ਹੁਣ ਜੇ ਤੁਹਾਨੂੰ ਨਹੀਂ ਪਤਾ ਕਿ ਕਾਲ ਆਪਸ਼ਨ ਕੀ ਹੁੰਦੀ ਹੈ, ਸਟ੍ਰਾਈਕ ਪ੍ਰਾਈਸ ਕੀ ਹੁੰਦਾ ਆ, ਐਕਸਪਾਇਰੀ ਕੀ ਹੁੰਦੀ ਹੈ, ਫਿਰ ਇਹ ਵੀਡੀਓ ਤੁਹਾਨੂੰ ਸਮਝ ਨਹੀਂ ਲੱਗਣੀ। ਫਿਰ ਤੁਹਾਨੂੰ ਇੱਕ ਆਹ ਉੱਪਰ ਲਿੰਕ ਆ ਰਿਹਾ, ਇਹ ਵੀਡੀਓ 'ਤੇ ਕਲਿੱਕ ਕਰੋ, ਇਹਨੂੰ ਵਾਚ ਕਰੋ, ਇਸ ਵੀਡੀਓ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਕਾਲ ਕੀ ਹੁੰਦੀ ਹੈ, ਸਟ੍ਰਾਈਕ ਪ੍ਰਾਈਸ ਕੀ ਹੁੰਦਾ ਆ, ਐਕਸਪਾਇਰੀ ਕੀ ਹੁੰਦੀ ਹੈ। ਉਹ ਵੀਡੀਓ ਦੇਖ ਕੇ ਅਤੇ ਫਿਰ ਇਹਦੇ ਵੱਲ ਆਇਓ, ਫਿਰ ਤੁਹਾਨੂੰ ਇਹ ਪੱਕਾ ਸਮਝ ਲੱਗ ਜਾਏਗੀ, ਠੀਕ ਹੈ। ਸੋ ਜਿਨ੍ਹਾਂ ਨੂੰ ਪਤਾ ਆ ਕਾਲ ਕੀ ਹੈ, ਸਟ੍ਰਾਈਕ ਪ੍ਰਾਈਸ ਕੀ ਹੈ ਅਤੇ ਐਕਸਪਾਇਰੀ ਕੀ ਹੈ, ਫਿਰ ਆਪਾਂ ਅੱਗੇ ਚੱਲਦੇ ਹਾਂ। ਕਹਿੰਦਾ ਇਨ ਦਿਸ ਸਟ੍ਰੈਟਜੀ ਦਾ ਟ੍ਰੇਡਰ ਬਾਏ ਆ ਲੋਅਰ ਸਟ੍ਰਾਈਕ ਪ੍ਰਾਈਸ ਕਾਲ ਆਪਸ਼ਨ। ਤੁਹਾਨੂੰ ਮੈਂ ਕਿਹਾ ਨਾ ਇੱਕ ਕਾਲ ਬਾਏ ਕਰਨੀ ਅਤੇ ਇੱਕ ਸੈੱਲ ਕਰਨੀ ਆ, ਜਿਹੜੀ ਬਾਏ ਕਰਨੀ ਆ ਆਪਾਂ ਉਹ ਲੋਅਰ ਸਟ੍ਰਾਈਕ ਪ੍ਰਾਈਸ ਹੋਊਗੀ, ਠੀਕ ਹੈ, ਵਿਚ ਇਜ਼ ਕਲੋਜ਼ਰ ਟੂ ਦਾ ਕਰੰਟ ਮਾਰਕੀਟ ਪ੍ਰਾਈਸ ਆਫ ਦਾ ਸਟਾਕ, ਜਿੱਥੇ ਸਟਾਕ ਰਾਈਟ ਨਾਲ ਉਹ ਚੱਲ ਰਿਹਾ। ਮੰਨ ਲਓ ਕਿ ਸਟਾਕ ਚੱਲ ਰਿਹਾ ਵਾ 398 'ਤੇ, ਜਿਹੜੀ ਆਪਾਂ ਬਾਏ ਕਰਨੀ ਆ ਕਾਲ ਉਹ 398 ਦੇ ਨੇੜੇ ਹੋਊਗੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਐਟ ਦਾ ਮਨੀ ਔਰ ਇਨ ਦਾ ਮਨੀ। ਐਂਡ ਸਾਈਮਨਟੇਸਲੀ ਸੈੱਲ ਇਹ ਹਾਇਰ ਸਟ੍ਰਾਈਕ ਪ੍ਰਾਈਸ ਕਾਲ ਆਪਸ਼ਨ, ਅਤੇ ਜਿਹੜੀ ਸੈੱਲ ਕਰਨੀ ਹੈ ਉਹ ਹਾਇਰ ਪ੍ਰਾਈਸ ਕਰਨੀ ਹੈ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਆਊਟ ਆਫ ਦਾ ਮਨੀ। ਸੋ ਡਿਫਰੈਂਟ ਸਟ੍ਰਾਈਕ ਪ੍ਰਾਈਸ ਆ, ਜਿਹੜੀ ਬਾਏ ਕਰਨੀ ਆ ਆਪਾਂ ਕਾਲ ਉਹ ਹੋਊਗੀ ਬਿਲਕੁਲ ਨੇੜੇ ਵਾਲੀ ਜਿੱਥੇ ਸਟ੍ਰਾਈਕ ਸਟਾਕ ਦਾ ਪ੍ਰਾਈਸ ਚੱਲ ਰਿਹਾ, ਜਿਹੜੀ ਸੈੱਲ ਕਰਨੀ ਆ ਉਹ ਦੂਰ ਵਾਲੀ ਹੋਊਗੀ ਜਿਹਨੂੰ ਆਊਟ ਆਫ ਦਾ ਮਨੀ ਕਹਿ ਦਿੰਦੇ ਹਾਂ। ਥੋੜ੍ਹੀ ਜਿਹੀ ਐਗਜ਼ਾਮਪਲ ਇੱਥੇ ਆਪਾਂ ਦੇਖਦੇ ਹਾਂ। ਸੋ ਥੱਲੇ ਰਾਈਟ ਹੈਂਡ ਸਾਈਡ 'ਤੇ ਬੋਟਮ 'ਤੇ ਚਾਰਟ ਨੂੰ ਫੋਲੋ ਕਰਿਓ। ਸੋ ਆਪਸ਼ਨ ਚੇਨ ਖੋਲ੍ਹੀ ਹੋਈ ਆ ਮੈਂ ਸਪਾਈ ਦੀ, ਫਰਵਰੀ 28 ਦੀ ਐਕਸਪਾਇਰੀ ਆ, ਇਹਦੇ ਵਿੱਚ ਰਾਈਟ ਨਾਓ ਸਪਾਈ ਜਿਹੜਾ ਚੱਲ ਰਿਹਾ ਹੋਣਾ 398 ਦੇ ਰਾਊਂਡ ਚੱਲ ਰਿਹਾ ਹੋਣਾ। ਸੋ 398 ਵਾਲੀ ਜਿਹੜੀ ਆਪਾਂ ਉਹ ਕੀ ਕਰ ਲੈਣੀ, ਇੱਥੇ ਬਾਏ ਕਰ ਲੈਣੀ ਹੈ, ਕਿੰਨੇ ਦੀ, $2.35 ਦੀ, ਠੀਕ ਹੈ। ਸੋ ਜੇ ਆਪਾਂ 100 ਪ੍ਰੀਮੀਅਮ ਕਰਦੇ ਹਾਂ ਤਾਂ ਉਹ 235 ਦੀ ਆ, ਅਤੇ 402 ਕਾਲੀ, ਕਿਉਂਕਿ ਜਿਹੜੀ ਆਪਾਂ ਸੈੱਲ ਕਰਨੀ ਆ ਉਹ ਅਵੇ ਕਰਨੀ ਆ ਥੋੜ੍ਹੀ ਜਿਹੀ, ਜਿਹਨੂੰ ਆਪਾਂ ਆਊਟ ਆਫ ਦਾ ਮਨੀ ਕਹਿ ਦਿੰਦੇ ਹਾਂ, ਅਤੇ 402 ਵਾਲੀ ਆਪਾਂ ਸੇਮ ਟਾਈਮ 'ਤੇ ਸੈੱਲ ਕਰ ਦੇਣੀ ਆ, ਅਤੇ ਉਹ ਹੋਣੀ ਹੈ $60 ਦੀ, ਠੀਕ ਹੈ। ਕਿੱਦਾਂ ਕਰਨੀ ਆ ਇਹ ਵੀ ਤੁਹਾਨੂੰ ਮੈਂ ਦੱਸੂਗਾ ਵੀਡੀਓ ਦੇ ਐਂਡ ਦੇ ਵਿੱਚ, ਪਰ ਇਹੀ ਦੇਖ ਲਓ ਕਿ ਇੱਕ ਸਟ੍ਰਾਈਕ ਪ੍ਰਾਈਸ ਜਿੱਥੇ ਰਾਈਟ ਨਾਓ ਸਟਾਕ ਹੈਗਾ ਉਹ ਆਪਾਂ ਬਾਏ ਕਰ ਲੈਣੀ ਹੈ, ਜਿਹਨੂੰ ਐਟ ਦਾ ਮਨੀ ਕਹਿ ਦਿੰਦੇ ਹਾਂ, ਅਤੇ ਥੋੜ੍ਹਾ ਜਿਹਾ ਆਊਟ ਆਫ ਦਾ ਮਨੀ ਆਪਾਂ ਇੱਕ ਕੋਈ ਸੈੱਲ ਕਰ ਦੇਣੀ ਆ। ਕਿਹੜੀਆਂ ਕਰਨੀਆਂ ਇਹ ਵੀ ਤੁਹਾਨੂੰ ਦੱਸੂਗਾ, ਕਿੱਦਾਂ ਕਰਨੀਆਂ ਇਹ ਵੀ ਦੱਸਾਂਗੇ। ਹੁਣ ਅੱਗੇ ਕਹਿੰਦਾ ਆ ਕਿ ਆਪਾਂ ਨੂੰ ਪੈਸੇ ਕਿੰਨੇ ਦੇਣੇ ਪੈਣੇ ਫਿਰ, ਠੀਕ ਹੈ ਜੀ। ਹੁਣ ਜੇ ਤਾਂ ਤੁਸੀਂ ਇਕੱਲੀ ਕਾਲ ਆਪਸ਼ਨ ਕਰ ਰਹੇ ਹੋ 398 ਵਾਲੀ, ਤਾਂ ਤੁਹਾਨੂੰ ਦੇਣੇ ਪੈਣੇ ਆ $235, ਠੀਕ ਹੈ, ਅਤੇ ਤੁਹਾਡੀ ਕਾਲ ਆਪਸ਼ਨ ਬਾਏ ਹੋ ਜਾਣੀ ਆ। ਪਰ ਸਪਰੈਡ ਦੇ ਵਿੱਚ ਤੁਹਾਨੂੰ ਕਿੰਨੇ ਪੈਸੇ ਪੇ ਕਰਨੇ ਪੈਣੇ ਆ ਜੇ ਤੁਸੀਂ ਟ੍ਰੇਡ ਕਰਨਾ। ਸੋ ਕਹਿੰਦਾ ਦਾ ਪ੍ਰੀਮੀਅਮ ਪੇਡ ਫੋਰ ਦਾ ਲੋਅਰ ਸਟ੍ਰਾਈਕ ਪ੍ਰਾਈਸ ਕਾਲ ਆਪਸ਼ਨ, ਜਿਹੜਾ ਕਿ 398 ਦਾ ਆਪਾਂ ਪੇ ਕਰਨਾ, ਪਾਰਸ਼ਲੀ ਆਫਸੈਟ ਬਾਏ ਦਾ ਪ੍ਰੀਮੀਅਮ ਰਿਸੀਵਡ ਫੋਰ ਦਾ ਹਾਈ ਸਟ੍ਰਾਈਕ ਪ੍ਰਾਈਸ ਕਾਲ ਆਪਸ਼ਨ ਰਿਜ਼ਲਟਿੰਗ ਇਨ ਏ ਨੈੱਟ ਡੈਬਿਟ। ਸੋ ਉਹ ਕਿਹਦੇ ਵਿੱਚੋਂ ਮਾਈਨਸ ਹੋ ਜਾਣਾ ਆ, ਜਿਹੜਾ ਆਪਾਂ ਹਾਇਰ ਸਟ੍ਰਾਈਕ ਪ੍ਰਾਈਸ ਦਾ
प्रीमियम देना वो तो दे बाकी जी अमाउंट रह गई वो आप पे करनी है। बेसिकली डेबिट स्प्रैड दे कर की रहे हैं कि आप जी अपनी ही पोजिशन अपनी कॉल बाय की उन्होंने सैल करके उन्होंने हैज कर दिता। ठीक है, हुण इत्थे तुहानू मैं एग्जाम्पल दस दिना, फिर 398 वाली जे कॉल आप बाय करनी है तो यह अपनी होनी आ $2.35 की। ठीक है जी, जे सैल करनी है 402 वाली वो होनी है अपनी $60 की। सो लैट्स लुक एट द मैथ कि अपना जिहड़ा नैट डैबिट आ प्रीमियम किन्ना पे करांगे। इहदे विच $2.35 माइनस 60 किन्ना हो गया नैट डैबिट, $1.75, यानी कि इहदे विच जिहड़ा अपना प्रीमियम आ वह थोड़ा घट जाता। पर प्रीमियम घटन के नाल दी नाल की है कि जिहड़ा प्रॉफिट आ वह भी लिमिटेड हो जूगा। जो अगे आप देखना प्रैक्टिकली उदों तुहानू होर ज़्यादा समझ लग जूगी। पर हुण तक आप गलबात की है वीडियो दे विच डैबिट स्प्रैड हुंदा की है, एक कॉल जिहड़ी आ बाय करनी आप, एक कॉल सैल करनी है, डिफरेंट स्ट्राइक प्राइस होनी है पर एक्सपायरी सेम। ठीक है, ये चीज़ आप पढ़ी। नैक्सट आप देखिया कि जिहड़ी कॉल आप बाय करनी आ वह एट द मनी होगी जिथे स्टॉक का प्राइस राइट ना हो, तो जिहड़ी सैल करनी आ वह थोड़ी आउट ऑफ द मनी होगी जिथे तक तुहानू लगता कि अज स्टॉक ये जा सकता, जां जिद्दन तक तुसीं एक्सपायरी लई होई है, मान लो या इस फ्राइडे की आ कि इस फ्राइडे तक ये स्टॉक इत्थे वध तों वध जा सकता है। ठीक है, लग गई समझ जी। नैक्सट जाने हम, सो नैक्सट कहिंदा आ कि इहदे विच की आ जिहड़ी आपां डैबिट स्प्रैड करदे आ, वी विल मेक प्रॉफिट विद दिस स्ट्रैटजी इफ स्टॉक प्राइसिस मूव्स अप, क्योंकि कॉल स्प्रैड आ तो इस करके जो स्टॉक का प्राइस उपर जाऊगा उदों ही आपां नूं पैसे बनने आ। हुण जे तुसीं चाहुंदे हो कि कोई उदां दी स्ट्रैटजी जिहदे विच स्टॉक का प्राइस थले डिगे फिर भी पैसे बनन, उदां दा स्प्रैड हैगा आ, उदां दा भी हैगा आ, वह वीडियो नैक्सट वीकेंड तक आजूगी, इसलिए चैनल नूं सबसक्राइब कर लियो। पर उदों तक इहनूं समझो कि जे उपर नूं जांदा तो किदां प्रॉफिट बनना। हुण कहिंदा इहदे विच घाटा कदों पैणा, वी कैन टेक लॉस ऑल द कैपिटल इफ स्टॉक प्राइस स्टार्ट्स कमिंग बिलो द कॉल वी बॉट। सो जिहड़ी स्ट्राइक प्राइस ते आपां कॉल बाय कीती जिद्दां 398 वाली, जे उस तों भी थले आई जांदा स्टॉक का प्राइस तो फिर आपां नूं इहदे विच घाटा पैणा शुरू हो जाणा। तो एवेंचुअली जे अपनी एक्सपायरी तक उत्तों थले रहिंदा आ तो अपना सारे पैसे जिन्हें भी आ लूज हो सकते। इस केस के जे आप एग्जाम्पल देखिए तो $175 का घाटा पै जूगा, पर प्रैक्टिकली अगे जाके देखांगे। हुण इहदे विच कहिंदा बेनीफिट की आ आपां नूं, लिमिटेड रिस्क आ। सो जे आप उदा सीधी कॉल बाय करते तो अपना रिस्क होना सी $235 का, वो क्यों? क्योंकि जी आह वाली स्ट्राइक प्राइस आ 398 वाली इहदी जी कॉल आ सीधी वो $235 की आ, पर इहदे विच अपना लिमिटेड रिस्क हो गया जिहड़ा कि $60 दे नाल डिक्रीज़ हो गया। सैकेंड, लिमिटेड प्रॉफिट पोटेंशियल, उहदे नाल अपना जिहड़ा प्रॉफिट आ वह भी पोटेंशियल घट जाना। तीसरा की आ, लोअर कैपिटल रिक्वायरमेंट, आपां घट पैसे चाहिए आ जे इदां दी आपां स्ट्रैटजी यूज़ करके तो ऑप्शन ट्रेड करनी है। सो इत्थों तक तुहानू पता लग गया होना कि जिहड़ी ऑप्शन आ वर्टिकल डैबिट स्प्रैड आ वह किदां काम करदा, पर प्रैक्टिकली उहनू किदां करना एंड ऑफ द डे उही मैटर करदा, क्योंकि इदां दीआं वीडियो तुसीं होर भी बहुत देखियां होणियां। पर जिहड़ा एक्शनेबल कॉन्टेंट जिहनू मैं कह दिंदा कि जिहड़ा दसदा असल च चीज़ करनी किदां प्रैक्टिकली, वह नहीं देखदे। इस करके इस वीडियो के एंड ते वह भी तुहानू दस्सिया जाऊगा कि किदां इसनू बाय सैल किदां करना, किदां वर्क करदी है, तो उस चीज़ की आप अगे गल करनी है। हुण नैक्सट कि स्ट्राइक प्राइस चूज़ कि करनी है, किदां चूज़ करनी है। थर्ड, उन्होंने एंटर किदां करना ट्रेड में। ठीक है, ये मैं दसना अगे। ब्रेक ईवन प्राइस, सो कि प्राइस से जो स्टॉक आन के टिकया रहा तो आपू की है ना घाटा पैना ना प्रॉफिट होना, $0 से आप बाहर निकलों। नैक्सट, मैक्सीम प्रॉफिट कि हो सकता तो मैक्सीम लॉस कि हो सकता। सो इन सारिया चीज़ों की हम आप नैक्सट गलबात करनी है। हाँ जी, सो प्रमोशन करने वाली रह गई। सो जे तुसीं ऑप्शन ट्रेडिंग सीख ली है या करनी चाहते हो तो आप एवरीडे लाइव ट्रेड करते हैं ऑप्शन, तुसीं अपने नाल आण के कर सकते हो। वैबसाइट अपनी हैगी stocktalkforyou.com, डिस्क्रिप्शन दे विच भी तुहानूं इहदा लिंक मिल जाना, उत्थे जाके सबसक्राइब करके तो अपने नाल एवरीडे तुसीं ऑप्शन ट्रेड कर सकते हैं। वी हैव सो मैनी सक्सैस स्टोरीज कि जिहड़े बंदे पहलां स्टॉक ट्रेडिंग करते ही ऑप्शन दे वल आए एंड दे आर मेकिंग गुड मनी। सो नैक्सट हुण आपां देखदे हां कि ऑप्शनां नूं जिहड़ा वा ट्रेड करना किदां आ, किदां प्रॉफिट बनाउणा। सो हुण तुहानूं मैं लै के चलदा सॉफ्टवेयर ते, उत्थे आपां जा के समझदे हां। हुण आपां प्रैक्टिकली थोड़ा जिहा देखणा कि जिहड़ा डैबिट स्प्रैड आ वर्टिकल डैबिट स्प्रैड आ उहदी एंट्री किदां करनी है, उस 'च प्रॉफिट किदां बनना। सो ये एक मेरा पेपर ट्रेडिंग अकाउंट हैगा जी इंटरैक्टिव ब्रोकर दा। सो इत्थे मैं थोड़ा जिहा स्लो चलूँगा, हुण स्पीड घट जाणी अपनी तां कि इत्थे ही तुहानूं कल्ली कल्ली चीज़ असल दे विच समझ पैणी है। जिहड़ी थ्यूरी दस दित्ती डैट इज़ ओके,
ਪਰ ਪ੍ਰੈਕਟੀਕਲੀ ਹੁਣ ਜਿਹੜੀ ਆ ਆਹ ਕਾਫੀ ਇੰਪੋਰਟੈਂਟ ਆ ਗੱਲਬਾਤ ਸਾਰੀ, ਇਸ ਕਰਕੇ ਥੋੜ੍ਹੀ ਜਿਹੀ ਮੈਂ ਸਲੋ ਸਪੀਡ ਦੇ ਵਿੱਚ ਚੱਲੂੰਗਾ ਤਾਂ ਕਿ ਤੁਸੀਂ ਸਾਰੇ ਨਾਲ ਦੀ ਨਾਲ ਕੈਚ ਕਰੀ ਜਾਓ। ਸੋ ਇੱਥੇ ਕੀ ਹੈ ਕਿ ਆਪਣਾ ਸਪਾਈ ਦਾ ਜਿਹੜਾ ਚਾਰਟ ਖੁੱਲਿਆ ਹੋਇਆ, ਠੀਕ ਹੈ, ਸਪਾਈ ਦੀ ਥੱਲੇ ਆਪਸ਼ਨ ਚੇਨ ਖੁੱਲੀ ਹੋਈ ਆ, ਇਹਨੂੰ ਥੋੜ੍ਹਾ ਜਿਹਾ ਮੈਂ ਕਰ ਦੇਣਾ ਆਪਸ਼ਨ ਚੇਨ ਨੂੰ ਸਾਰੀ ਸਕਰੀਨ 'ਤੇ, ਠੀਕ ਹੈ ਜੀ। ਸੋ ਇਹ ਮੈਂ ਸਪਾਈ ਦੀ ਜਿਹੜੀ ਆਪਸ਼ਨ ਚੇਨ ਖੁੱਲੀ ਹੋਈ ਆ, ਅੱਜ ਤੋਂ ਇੱਕ ਦਿਨ ਬਾਅਦ ਦੀ ਐਕਸਪਾਇਰੀ ਆ, ਅੱਜ ਮੈਂ 27 ਫਰਵਰੀ ਨੂੰ ਵੀਡੀਓ ਰਿਕਾਰਡ ਕਰ ਰਿਹਾ ਅਤੇ 28 ਫਰਵਰੀ ਦੀ ਜਿਹੜੀ ਇਹ ਐਕਸਪਾਇਰੀ ਆ ਆਪਸ਼ਨ ਚੇਨ ਖੁੱਲੀ ਹੋਈ ਆ। ਇੱਧਰ ਲੈਫਟ ਹੈਂਡ ਸਾਈਡ 'ਤੇ ਕਾਲ ਪ੍ਰਾਈਸਿਸ ਆ ਰਹੀਆਂ, ਰਾਈਟ ਹੈਂਡ ਸਾਈਡ 'ਤੇ ਪੁੱਟ ਆ ਰਹੀ ਆ, ਸੈਂਟਰ ਦੇ ਵਿੱਚ ਸਟ੍ਰਾਈਕ ਪ੍ਰਾਈਸ ਆ ਰਹੀ ਆ, ਠੀਕ ਹੈ। ਸੋ ਸੇਮ ਜੇ ਤਰ੍ਹਾਂ ਦਾ ਸਕਰੀਨਸ਼ਾਟ ਤਾਂ ਰਾਈਟ ਨਾਓ ਸਪਾਈ ਕਿੱਥੇ ਟ੍ਰੇਡ ਕਰ ਰਿਹਾ ਵਾ, 399.29 'ਤੇ। ਸੋ ਹੁਣ ਜਦੋਂ ਵੀ ਤੁਸੀਂ ਆਪਸ਼ਨ ਚੇਨ ਦੇ ਵਿੱਚ ਜਾ ਕੇ ਇੰਟਰੈਕਟਿਵ ਬ੍ਰੋਕਰ 'ਤੇ ਜਾਂ ਕਿਸੇ ਵੀ ਬ੍ਰੋਕਰ ਦੇ ਵਿੱਚ, ਹੋਪਫੁਲੀ ਸਾਰਿਆਂ ਦੇ ਵਿੱਚ ਸੇਮ ਹੀ ਆਪਸ਼ਨਾਂ ਹੋਣਗੀਆਂ, ਤਾਂ ਐਂਟਰ ਕਰਨੀ ਆ ਡੈਬਿਟ ਸਪਰੈਡ ਤਾਂ ਕਿੱਦਾਂ ਕਰਨਾ। ਸੋ ਇੰਟਰੈਕਟਿਵ ਬ੍ਰੋਕਰ ਦੇ ਵਿੱਚ ਤੁਹਾਨੂੰ ਨਾ ਇੱਕ ਆਹ ਦੇਖੋ ਆ ਰਿਹਾ ਸਟ੍ਰੈਟਜੀ ਬਿਲਡਰ, ਹੈ ਨਾ, ਤਾਂ ਮੈਂ ਥੋੜ੍ਹਾ ਜਿਹਾ ਟੇਢਾ ਹੋਣਾ ਪੈ ਗਿਆ ਮੈਨੂੰ ਤੁਹਾਨੂੰ ਸ਼ੋਅ ਕਰ ਲਈ, ਇਹਨੂੰ ਔਨ ਕਰ ਦੇਣਾ। ਸਟ੍ਰੈਟਜੀ ਬਿਲਡਰ ਨੂੰ ਔਨ ਕੀਤਾ, ਇੱਦਾਂ ਦੀ ਸਕਰੀਨ ਆ ਗਈ ਤੁਹਾਡੇ ਅੱਗੇ। ਸੋ ਹੁਣ ਥੋੜ੍ਹਾ ਜਿਹਾ ਮੈਨੂੰ ਆਪਣਾ ਕੈਮਰਾ ਬੰਦ ਕਰਨਾ ਪੈਣਾ, ਕਿਉਂ, ਕਿਉਂਕਿ ਆਹ ਸਟ੍ਰੈਟਜੀ ਬਿਲਡਰ ਦੇ ਪਿੱਛੇ ਜੋ ਵੀ ਆ ਰਿਹਾ ਇਹ ਤੁਹਾਨੂੰ ਦਿਖਾਈ ਨਹੀਂ ਦੇਣਾ ਜੇ ਮੇਰਾ ਕੈਮਰਾ ਚੱਲਦਾ ਰਿਹਾ। ਸੋ ਆਪਾਂ ਹੁਣ ਲੱਗੇ ਹਾਂ ਜੀ ਥੋੜ੍ਹਾ ਜਿਹਾ ਵੀਡੀਓ 'ਚੋਂ ਅਲੋਪ, ਐਂਡ ਹੇਅਰ ਆਈ ਗੋ ਸ਼ਕਤੀਮਾਨ, ਆਈ ਐਮ ਗੋਨ, ਠੀਕ ਹੈ ਜੀ। ਸੋ ਆਪਾਂ ਹੋ ਗਏ ਗਾਇਬ। ਹੁਣ ਜਿੱਦਾਂ ਮੈਂ ਕਿਹਾ ਸੀ ਕਿ ਜਦੋਂ ਵੀ ਡੈਬਿਟ ਸਪਰੈਡ ਆਪਾਂ ਐਂਟਰ ਕਰਨਾ ਆ ਤਾਂ ਕੀ ਕਰਨਾ, ਤੁਸੀਂ ਸਭ ਤੋਂ ਪਹਿਲਾਂ ਕਿ ਇੱਕ ਸਟ੍ਰਾਈਕ ਪ੍ਰਾਈਸ ਜਿਹੜੀ ਆ ਉਹਦੀ ਕਾਲ ਸੈੱਲ ਕਰਨੀ ਆ, ਅਤੇ ਕਿਹੜੀ ਦੀ ਸੈੱਲ ਕੀਤੀ ਸੀ ਆਪਾਂ, 398 ਦੀ, ਜਿੱਥੇ ਰਾਈਟ ਨਾਓ ਸਟਾਕ ਟ੍ਰੇਡ ਕਰ ਰਿਹਾ ਸੀ ਐਟ ਦ ਮਨੀ। ਹੁਣ ਸਟਾਕ ਟ੍ਰੇਡ ਕਰ ਰਿਹਾ 399 'ਤੇ ਸਪਾਈ, ਆਪਾਂ ਇਹਨੂੰ ਜੇ ਸੈੱਲ ਬਾਏ ਕਰਨਾ ਹੈ ਆਪਾਂ, ਉਹ ਆਪਾਂ ਕਰ ਲੈਣੀ ਆ ਇਹ ਵਾਲੀ, ਅਤੇ ਇਹ ਹੈਗੀ ਆ $1.89 ਜਾਂ 90। ਸੋ ਚੇਂਜ ਹੁੰਦੀ ਰਹੂਗੀ ਵੀਡੀਓ ਦੇ ਵਿੱਚ, ਇਸ ਲਈ ਨੰਬਰ ਵੱਧ ਘੱਟ ਮੈਂ ਦੱਸਦਾ ਰਹੂੰਗਾ, ਕਿਉਂਕਿ ਰਾਈਟ ਨਾਓ ਮੈਂ ਲਾਈਵ ਟ੍ਰੇਡਿੰਗ ਦੇ ਵਿੱਚ ਜਦੋਂ ਬੇਸਿਕਲੀ ਮਾਰਕੀਟ ਚੱਲ ਰਹੀ ਆ ਲਾਈਵ ਉਦੋਂ ਵੀਡੀਓ ਬਣਾ ਰਿਹਾ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ, ਪਰ ਇਹ ਨੰਬਰ ਚੇਂਜ ਹੁੰਦਾ ਰਹੂਗਾ। ਸੋ ਕਨਫਿਊਜ਼ ਨਹੀਂ ਹੋਣਾ, ਜਿੱਦਾਂ 189, 191 ਆ, ਸੋ ਥੋੜ੍ਹਾ ਜਿਹਾ ਉਹਦੇ ਨਾਲ ਹੀ ਰਹਿਣਾ ਤੁਸੀਂ। ਸੋ ਇਹਨੂੰ ਮੈਂ ਕਰਤਾ ਬਾਏ 'ਤੇ ਕਲਿੱਕ, ਆਸਕ 'ਤੇ ਕਲਿੱਕ, ਅਤੇ ਇਹ ਇੱਕ ਥੱਲੇ ਲੈਗ ਹੈ ਐਂਟਰ ਹੋ ਗਈ, ਇਹਨੂੰ ਲੈਗ ਕਹਿ ਦਿੰਦੇ, ਹੈ ਨਾ, 1 ਲੈਗ। ਆਪਾਂ ਫਰਵਰੀ 28 ਦੀ ਐਕਸਪਾਇਰੀ ਆ, ਇੱਕ ਆਪਾਂ ਕੋਂਟਰੈਕਟ ਚੱਕ ਰਹੇ ਹਾਂ, 399 ਦੀ ਸਟ੍ਰਾਈਕ ਪ੍ਰਾਈਸ ਆ, ਕਾਲ ਆ, ਅਤੇ ਆਪਣਾ ਜਿਹੜਾ ਵਾ ਬਿਡ ਆਸਕ ਪ੍ਰਾਈਸ ਆ ਗਿਆ ਜਿਹੜਾ ਕਿ ਹੁਣ ਥੋੜ੍ਹਾ ਵਧੀਆ 193 ਆ। ਹੁਣ ਆਪਾਂ ਇਹਦੇ ਅਗੇਂਸਟ ਸੈੱਲ ਕਰਨੀ ਇੱਕ, ਠੀਕ ਹੈ ਜੀ। ਦੂਸਰੀ ਆਪਾਂ ਕੀ ਕਰਨੀ ਹੈ, ਕਾਲ ਆਪਸ਼ਨ ਡਿਫਰੈਂਟ ਸਟ੍ਰਾਈਕ ਪ੍ਰਾਈਸ ਦੀ ਐਕਸਪਾਇਰੀ ਸੇਮ ਆ ਉਹਨੂੰ ਸੈੱਲ ਕਰਨਾ। ਹੁਣ ਉਹ ਕਿਹੜੀ ਚੂਜ਼ ਕਰਾਂਗੇ, ਉਹ ਤੁਸੀਂ ਚੂਜ਼ ਕਰਨੀ ਹੈ ਜਿੱਥੇ ਤੁਹਾਨੂੰ ਲੱਗਦਾ ਕਿ ਕੱਲ੍ਹ ਮੈਕਸੀਮਮ ਸਪਾਈ ਇੱਥੋਂ ਤੱਕ ਜਾਊਗਾ, ਠੀਕ ਹੈ। ਉਸ ਤੋਂ ਉੱਪਰ ਚੱਲ ਜੇ ਆਪਾਂ ਨੂੰ ਕੋਈ ਲੈਣਾ ਦੇਣਾ ਨਹੀਂ, ਪਰ ਤੁਹਾਨੂੰ ਲੱਗਦਾ ਕਿ ਮੈਕਸੀਮਮ ਇੱਥੋਂ ਤੱਕ ਹੀ ਜਾਊਗਾ, ਇਹ ਤੋਂ ਉੱਪਰ ਚਾਹੇ ਨਾ ਜਾਵੇ। ਫੋਰ ਐਗਜ਼ਾਮਪਲ ਮੈਂ ਕਹਿ ਦਿੰਦਾ ਕਿ ਕੱਲ੍ਹ ਨਾ ਸਪਾਈ ਮੈਕਸੀਮਮ 403 ਤੱਕ ਜਾਊਗਾ, ਠੀਕ ਹੈ ਜੀ। ਇਹ ਮੇਰਾ, ਕਿਉਂਕਿ ਆਪਾਂ ਕਾਲ ਸਪਰੈਡ ਤਾਂ ਹੀ ਬਾਏ ਕਰਨਾ ਜੇ ਤੁਹਾਨੂੰ ਲੱਗਦਾ ਕਿ ਜਿਹੜਾ ਸਟਾਕ ਦਾ ਜਾਂ ਸਪਾਈ ਦਾ ਪ੍ਰਾਈਸ ਆ ਉੱਪਰ ਨੂੰ ਜਾਣਾ, ਜੇ ਤੁਹਾਨੂੰ ਲੱਗਦਾ ਥੱਲੇ ਨੂੰ ਡਿੱਗਣਾ, ਫਿਰ ਇਹ ਸਟ੍ਰੈਟਜੀ ਆਪਾਂ ਯੂਜ਼ ਨਹੀਂ ਕਰਨੀ। ਉਹਦੇ ਲਈ ਡਿਫਰੈਂਟ ਵੀਡੀਓ ਆ ਨੈਕਸਟ ਵੀਕਐਂਡ ਤੱਕ ਆ ਜਾਣੀ ਆ ਕਿ ਫਿਰ ਆਪਾਂ ਡਿਫਰੈਂਟ ਸਟ੍ਰੈਟਜੀ ਕਿਹੜੀ ਯੂਜ਼ ਕਰਨੀ ਹੈ ਜਿਹਦੇ ਵਿੱਚ ਜੇ ਸਟਾਕ ਡਿੱਗੇ ਤਾਂ ਪੈਸੇ ਬਣਨ। ਪਰ ਇਹ ਆ ਕਿ ਆਪਾਂ ਨੂੰ ਲੱਗਦਾ ਉੱਪਰ ਜਾਣਾ, ਅਤੇ ਮੈਨੂੰ ਲੱਗਦਾ ਮੈਕਸੀਮਮ ਨਾ ਕੱਲ੍ਹ 403 ਕੁ ਤੱਕ ਜਾਊਗਾ। ਮੈਂ ਕੀ ਕੀਤਾ, 403 ਵਾਲੀ ਜਿਹੜੀ ਆ ਸਟ੍ਰਾਈਕ ਪ੍ਰਾਈਸ 'ਤੇ ਉਹਨੂੰ ਇੱਥੇ ਬਿਡ 'ਤੇ ਸੈ ਕਰਕੇ ਕਲਿੱਕ ਅਤੇ ਸੈੱਲ ਕਰ ਦਿੱਤਾ, ਠੀਕ ਹੈ ਜੀ। ਹੁਣ ਮੇਰਾ ਨੈੱਟ ਡੈਬਿਟ ਜਿਹੜਾ ਵਾ ਉਹ $1.46 ਆ ਰਿਹਾ। ਕਿੱਦਾਂ ਆ ਰਿਹਾ, ਤੁਹਾਨੂੰ ਮੈਂ ਪਿੱਛੇ ਵੀਡੀਓ ਦੇ ਵਿੱਚ ਦੱਸਿਆ ਵਾ ਕਿ ਉਹ ਕੀ ਆ, $1.85 ਮਾਈਨਸ 40 ਸੈਂਟ ਜਿਹੜੇ ਇੱਥੇ ਆ, ਅਤੇ ਉਹ $1.45 ਆ। ਥੋੜ੍ਹਾ ਚੇਂਜ ਹੁੰਦਾ, ਅਪ ਡਾਊਨ ਹੋ ਰਿਹਾ ਕਿਉਂਕਿ ਰਾਈਟ ਨਾਓ ਆਪਾਂ ਲਾਈਵ ਮਾਰਕੀਟ ਦੇ ਵਿੱਚ ਹਾਂ, ਪਰ ਇਹਨਾਂ ਦੋਵਾਂ ਦਾ ਮਾਈਨਸ 1.88 ਮਾਈਨਸ 0.40। ਸੋ ਇਹ ਆਪਣਾ ਕੀ ਆ ਕਿ ਪੈਸੇ ਆਪਾਂ ਪੇ ਕਰਨੇ ਆ ਜਿਹੜੀ ਹੁਣ ਆਪਾਂ ਡੈਬਿਟ ਸਪਰੈਡ ਦੀ ਲਗਾ ਰਹੇ ਹਾਂ ਸਟ੍ਰੈਟਜੀ, ਜਿਹਦੇ ਵਿੱਚ ਆਪਾਂ ਪ੍ਰੋਫਿਟ ਬਣਾਉਣਾ ਚਾਹੁੰਦੇ ਹਾਂ। ਹੁਣ ਆਪਾਂ ਨੂੰ ਪਤਾ ਕਿੱਦਾਂ ਲੱਗੂਗਾ ਕਿ ਇਹਦੇ ਵਿੱਚ ਕਿੱਥੇ ਜਾ ਕੇ ਕਿੰਨਾ ਕੁ ਪ੍ਰੋਫਿਟ ਬਣੂਗਾ, ਜਾਂ ਬ੍ਰੇਕ ਈਵਨ ਪ੍ਰਾਈਸ ਕੀ ਆ, ਜਾਂ ਕਿੰਨਾ ਕੁ ਵੱਧ ਤੋਂ ਵੱਧ ਲਾਸ ਹੋਊਗਾ, ਉਹ ਜਾਣਨ ਦੇ ਲਈ ਤੁਸੀਂ ਕਲਿੱਕ ਕਰ ਦੇਣਾ ਇੱਥੇ ਪ੍ਰੋਫਾਈਲ 'ਤੇ। ਸੋ ਜਦੋਂ ਤੁਸੀਂ ਪ੍ਰੋਫਾਈਲ 'ਤੇ ਕਲਿੱਕ ਕਰੋਗੇ ਤਾਂ ਇੱਕ ਤੁਹਾਡੀ ਆ ਪ੍ਰੋਫਾਈਲ ਖੁੱਲ੍ਹ ਜੂਗੀ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਰਿਸਕ ਪ੍ਰੋਫਾਈਲ ਜਾਂ ਪਰਫੋਰਮੈਂਸ ਪ੍ਰੋਫਾਈਲ। ਇਹ ਤੁਹਾਨੂੰ ਦੱਸ ਦਿੰਦੀ ਕਿ ਇਸ ਟ੍ਰੇਡ ਦੇ ਵਿੱਚ ਤੁਹਾਨੂੰ ਪ੍ਰੋਫਿਟ ਕਿੰਨਾ ਕੁ ਬਣਨਾ ਵਾ, ਵੱਧ ਤੋਂ ਵੱਧ, ਜਾਂ ਘਾਟਾ ਕਿੰਨਾ ਕੁ ਪੈਣਾ। ਸੋ ਲੈਟਸ ਲੁੱਕ ਐਟ ਦਿਸ। ਸਭ ਤੋਂ ਪਹਿਲਾਂ ਆਪਾਂ ਇਹਦੀ ਲੈਫਟ ਹੈਂਡ ਸਾਈਡ 'ਤੇ ਦੇਖਣਾ। ਸੋ ਕਹਿੰਦੇ ਇਹਦੇ ਵਿੱਚ ਜਿਹੜੀ ਮੈਕਸਡ ਰਿਟਰਨ ਆ ਨਾ ਉਹ $252 ਆਊਗੀ। ਮੈਕਸੀਮਮ ਰਿਟਰਨ ਆਪਾਂ ਨੂੰ ਕਦੋਂ ਆਉਣੀ ਹੈ ਇਹ ਵੀ ਤੁਹਾਨੂੰ ਮੈਂ ਦੱਸਦਾ ਹਾਂ। ਵੱਧ ਤੋਂ ਵੱਧ ਘਾਟਾ ਜਿਹੜਾ ਆ $148 ਦਾ ਪੈਣਾ, ਜਿਹੜਾ ਕਿ ਆਪਾਂ ਡੈਬਿਟ ਪੇ ਕਰ ਰਹੇ ਹਾਂ, ਜਿਹੜਾ ਆਪਾਂ ਪ੍ਰੀਮੀਅਮ ਪੇ ਕਰ ਰਹੇ ਹਾਂ ਉਹ ਆਪਾਂ ਨੂੰ ਵੱਧ ਤੋਂ ਵੱਧ ਘਾਟਾ ਪੈਣਾ, ਅਤੇ ਰਿਟਰਨ ਆਪਣੀ ਕੀ ਆ ਜਿਹੜੀ ਹੈਗੀ ਆ $250 ਦੀ, ਠੀਕ ਹੈ ਜੀ। ਸੋ 160.5% ਰਿਟਰਨ ਆ, 100% ਇਹਦਾ ਕੀ ਆ ਲੋਸ ਆ ਜੇ ਥੱਲੇ ਡਿੱਗ ਗਿਆ। ਅਤੇ ਹੁਣ ਆਪਾਂ ਨੂੰ ਇਸ ਚਾਰਟ ਦੇ ਵਿੱਚ ਜਾਵਾਂਗੇ ਅਤੇ ਆਪਾਂ ਨੂੰ ਪਤਾ ਲੱਗੂਗਾ ਕਿ ਕਿੱਥੋਂ ਕਿੰਨਾ ਪ੍ਰੋਫਿਟ ਬਣਨਾ, ਕਿੰਨਾ ਘਾਟਾ ਪੈਣਾ।
सो लैट्स गो हेयर जिथे स्टॉक का प्राइस आप अज की देखते एक मिनट हाँ जी सो प्राइस 5 की मूव सो जिथे स्टॉक का प्राइस राइट नाउ चल रहा जी सफाई का ठीक है जी उसके एरिए तो कहें कि ब्रेक ईवन होना है पर आपको मैक्सीम प्रॉफिट कदों बनना है जदों इस जगह पर चल गया सो यह जगह कि 403 वाली 403 जो चल गया तो आपको मैक्सीम प्रॉफिट बनना देखो राइट हैंड साइड पर आ रहा ना 252 डॉलर इतने वो इस एरिए जो पहुँच गया आपको मैक्स प्रॉफिट बनूगा 252 डॉलर तो वह 403 से क्यों बनूगा क्योंकि 403 वाली जी स्ट्राइक प्राइस आ आप सैल की जिड़ी प्राइस तुम सैल कर रहे हो स्ट्राइक प्राइस जो उस पर पहुँच गया तो तुम मैक्सीम प्रॉफिट बनूगा जोड़ा इतने लैफ्ट हैंड साइड पर दसिया जा रहा तो घट आप मैक्सीम कदों पैना आ जी स्ट्राइक प्राइस आप चूज़ की 399 वाली जे उत्तों थले डिग गया कल तक तो थले ही रहा तो फिर आप मैक्सीम जो 148 डॉलर का जो तुम इतने देखोगे तो घाटा पै रहा राइट हैंड साइड पर इतने तुम नज़र आऊगा माइनस के 148 डॉलर जा रहे या जी भी अपना नैट मैक्सीम लॉस डेबिट कर रहे हैं सो यह है कि आप मैक्सीम लॉस तो मैक्सीम प्रॉफिट कदों होना हूँ इतने दो लाइनज़ आ रही एक डॉटड वाली आ एक सॉलिड आ डॉटड वाली लाइन आपको अज का दस रही है तो जी सॉलिड लाइन आ वो आपको कल का दस रही है देखो डे पे इतने कि अज के होना तो कल के होना है थले चार्ट भी आ यह भी आपको दस रहा मैं अज की डेट चूज़ की आ कहिंदा कि करंट प्राइस 399.32 आ जे 1% मूव करके 403 ते अज चल गया तो आपको 135 डॉलर का प्रॉफिट होगा अज पर जे कल चल जाता है तो कल आप 403 ते 252 का होना हुण जिहड़े बंदे कल्लियां कॉल ट्रेड कर रहे उन्हें कहना भाजी ये किदां कल नूं गया तो आपको ज़्यादा प्रॉफिट होना उत्थे अज गया तो घट होगा की कारण कारण यही आ कि जिहड़ी आपां ऑप्शन सैल की उहदा जिहड़ा थीटा आ वह अपने हक दे विच जाण लग जाणा कल नूं तां करके आपां नूं उत्थे जिहड़ा आ ज़्यादा प्रॉफिट होण दे चांस आ कल नूं इस करके ये उदों ही करना जे तुहानूं लगता कि हाँ जी मैं अज ही ये बाहर निकलना डेबिट स्प्रैड चो फिर अज की एक्सपायरी चूज़ करो पर मैं कल की एक्सपायरी चूज़ करके तो तुहानूं एक ट्रेड बना के दस रहा कि आपां ये ट्रेड करनी किदां आ हुण मैं आ रहा जी वापस सो आपां हो रहे प्रगट तो प्रगट हो के तुहानूं मैं थोड़ा जिहा दसना आ कि जिहड़ा मैक्सीम प्रॉफिट आ ते ब्रेक ईवन प्राइस आ उह आपां किदां कैलकुलेट करना तां कि तुहानूं पता होवे कि हाँ जी मैं ऑप्शन दे विच जा रहा तो मैं मैक्सीम प्रॉफिट किदा होगा इंटरैक्टिव ब्रोकर दे विच इत्थे आपां नूं शो हो जाता पर कैलकुलेट किदा करते हैं तो ब्रेक ईवन प्राइस भी कैलकुलेट किदा करना सो वो आपां देखते हैं सो लैट्स कैंसल दिस हुण इत्थे जी आपां वापस आउने आ ऑप्शन चेन ते सो लैट्स मेक दिस लिटल बिट बिगर सो जिहड़ी आपां स्ट्राइक प्राइस बाय कर रहे हैं वह हैगी 399 जिहड़ी सैल कर रहे हैं वह हैगी 403 ठीक है जी सो ये दो तुसीं नोट कर लो हुण मैक्सीम प्रॉफिट कैसे कैलकुलेट करना ठीक है जी सो मैक्सीम प्रॉफिट कैलकुलेट का करन दा सिंपल जिहा फॉर्मूला 399 माइनस 403 कितना हो गया जी 4 डॉलर है ना 4 डॉलर दे विचों तुसीं माइनस कर लेना जिन्ना आपां डेबिट पे कर रहे हैं जिहड़ा कि इस केस दे विच आपां अराउंड 1.5 डॉलर पे कर रहे हैं सो 4 डॉलर चों आपां 1.5 डॉलर माइनस किया तो किन्ने रह गए 2 डॉलर ते 50 सेंट सो उही आपां नूं इत्थे मैक्सीम प्रॉफिट नज़र आउंदा आ इना एक फॉर्मूले के नाल कैलकुलेट करके 2 डॉलर से 50 सेंट के नेड़े तेड़े ठीक है सो हुण थोड़ा जिहा ऑप्शन प्राइस उपर थले हो ही जांदा नाल दी नाल पर इदां कैलकुलेट करना एक बार फिर दोबारा तुहानूं मैं दस दिना कि जिहड़ियां दोवें स्ट्राइक प्राइसां उन्हां नूं आपस च माइनस कर लेना जिहड़ी अमाउंट आई उहनूं आपां जिहड़ा डेबिट आपां पे कर रहे हां प्रीमियम उहनूं वी नाल माइनस कर लेना उहदे विचों ते आपां नूं पता लग जाणा आ कि जिहड़ा नैट प्रॉफिट अपना वह किन्ना होगा या मैक्स प्रॉफिट किन्ना होगा नैक्सट आप देखते हैं कि जी ब्रेक ईवन प्राइस आ वो कितना कैलकुलेट करनी है ब्रेक ईवन प्राइस कैलकुलेट करना भी बहुत ज़्यादा ईजी है कन्फ्यूज़ ना हो कापी पेन चक्या होना तुसी सो ब्रेक ईवन प्राइस आप कैलकुलेट कर ली की करना है कि जिथे स्टॉक का प्राइस आ राइट नाउ सो 399 स्टॉक का प्राइस तो ही देखना राइट हैंड साइड के टॉप से स्ट्राइक प्राइस नहीं देखना सो 399 दे विच तुसी प्लस कर देना जिहड़ा आपां डेबिट पे कर रहे हैं सो चलो हुण इत्थे आपां प्लस कर देना 399 10 दे विच आपां प्लस कर देना मान लो डेबिट आपां पे कर रहे हैं 1.5 डॉलर तो अपना ब्रेक ईवन प्राइस कितना होगा 400.60 ठीक है क्योंकि 399 दे विच 10 दे विच प्लस 1 डॉलर किया 400.10 हो जाने तो 50 सेंट उपर किए आप 400.60 वाला जिहड़ा आ वह अपना ब्रेक ईवन प्राइस हो जाना सो होपफुली तुहानूं इत्थों तक समझ लग गई होनी आ कि जिहड़ी आपां डेबिट स्प्रैड आ
ਉਹ ਕਿਹੜੇ ਤਰੀਕੇ ਨਾਲ ਕਰ ਸਕਦੇ ਹਾਂ, ਉਹ 'ਚ ਐਂਟਰੀ ਕਿੱਦਾਂ ਲੈਣੀ ਹੈ, ਠੀਕ ਹੈ ਜੀ, ਅਤੇ ਉਹਦੇ ਵਿੱਚੋਂ ਪ੍ਰੋਫਿਟ ਕਿੱਦਾਂ ਐਕਸਪੈਕਟ ਕਰ ਸਕਦੇ ਹਾਂ। ਇੱਕ ਛੋਟੀ ਜਿਹੀ ਟ੍ਰੇਡ ਤੁਹਾਨੂੰ ਮੈਂ ਹੋਰ ਕਰਕੇ ਦੱਸ ਦਿੰਦਾ, ਆਪਾਂ ਇੱਥੇ ਕਰ ਲੈਂਦੇ ਹਾਂ, ਮੰਨ ਲਓ ਕਿ ਲੈਟਸ ਚੇਂਜ ਸਟਾਕ, ਟੈਸਲਾ ਦਾ ਦੇਖਦੇ ਹਾਂ, TSLA। ਸੋ ਟੈਸਲਾ ਦਾ ਡੈਬਿਟ ਸਪਰੈਡ ਕਰਦੇ ਹਾਂ ਤਾਂ ਕਿ ਤੁਹਾਡੀ ਇੱਕ ਵਾਰੀ ਹੋਰ ਥੋੜ੍ਹੀ ਜਿਹੀ ਕਹਿ ਸਕਦੇ ਹਾਂ ਕਿ ਰਿਹਰਸਲ ਕਹਿ ਸਕਦੇ ਹਾਂ ਹੋ ਜਾਏਗੀ। ਸੋ ਲੈਟਸ ਓਪਨ ਟੈਸਲਾ ਆਪਸ਼ਨ ਚੇਨ, ਟੈਸਲਾ ਦੀ ਆਪਸ਼ਨ ਚੇਨ ਆ ਗਈ। ਸੋ ਆਹ ਜ਼ਰੂਰ ਕਰ ਲੈਣਾ ਕਲਿੱਕ ਜਿਹੜਾ ਇੱਥੇ ਆ ਸਟ੍ਰੈਟਜੀ ਬਿਲਡਰ ਵਾਲਾ। ਕਈ ਬੰਦੇ ਉਹ ਕਰਦੇ ਨਹੀਂ ਅਤੇ ਫਿਰ ਸਮਝ ਨਹੀਂ ਲੱਗਦਾ ਕਿ ਕਿੱਦਾਂ ਆਪਸ਼ਨ ਚੇਨ ਬਣਾਉਣੀ ਆ ਅਤੇ ਇਹਦੇ ਵਿੱਚੋਂ ਆਰਡਰ ਕਿੱਦਾਂ ਬਣਾਉਣਾ। ਇਹਨੂੰ ਕਲਿੱਕ ਕਰ ਲਿਆ ਮੈਂ, ਹੁਣ ਮੰਨ ਲਓ ਕਿ $208.75 'ਤੇ ਆ ਅਤੇ ਮੈਂ 250 ਵਾਲੀ ਬਾਏ ਕਰਨੀ ਆ, ਅਤੇ ਮੈਨੂੰ ਲੱਗਦਾ ਕਿ ਮੈਕਸੀਮਮ ਨਾ 215 ਕੁ ਤੱਕ ਜਾਊਗਾ, ਅਤੇ ਮੈਂ 215 ਵਾਲੀ ਇੱਥੇ ਕੀ ਕਰ ਦਿੱਤੀ, ਸੈੱਲ ਕਰ ਦਿੱਤੀ। ਸੋ $8.20 ਮੈਂ ਪੇ ਕਰ ਰਿਹਾ ਅਤੇ $4.90 ਮੈਂ ਉਹਦੇ ਅਗੇਂਸਟ ਹੈਜ ਕਰ ਰਿਹਾ, ਅਤੇ ਮੇਰਾ ਨੈੱਟ ਕਿੰਨਾ ਡੈਬਿਟ ਹੋ ਗਿਆ, $3.30। ਸੋ ਜਾਣੀ ਕਿ ਜੇ ਮੈਂ ਸਿੱਧੀ ਕਾਲ ਬਾਏ ਕਰਦਾ ਤਾਂ ਮੇਰੀ 830 ਦੀ ਹੋਣੀ ਸੀ, ਹੁਣ ਮੈਂ ਡੈਬਿਟ ਸਪਰੈਡ ਕਰ ਰਿਹਾ $3.30 ਦਾ, ਅਤੇ ਮੈਨੂੰ ਥੋੜ੍ਹੇ ਜਿਹੇ ਘੱਟ ਪੈਸੇ ਪੇ ਕਰਨੇ ਪੈ ਰਹੇ ਆ। ਹੁਣ ਇਹਦੇ ਵਿੱਚ ਆਪਾਂ ਪਰਫੋਰਮੈਂਸ ਪ੍ਰੋਫਾਈਲ ਦੇ ਵਿੱਚ ਜਾ ਕੇ ਦੇਖ ਲੈਂਦੇ ਹਾਂ। ਸੋ ਸੋਰੀ, ਆਹ ਸਾਰੀ ਚੀਜ਼ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਮੇਰੇ ਇੱਥੇ ਬਿਹਾਇੰਡ ਦਾ ਆ ਰਹੀ ਹੈ, ਅਤੇ ਇਹ ਥੋੜ੍ਹੀ ਜਿਹੀ ਆਹ ਤੁਹਾਨੂੰ ਮੈਂ ਐਕਸਪਲੇਨ ਕੀਤੀ ਸੀ ਕਿ $3.30 ਆਪਾਂ ਪੇ ਕਰ ਰਹੇ ਹਾਂ। ਹੁਣ ਇੱਥੇ ਆਪਾਂ ਪਰਫੋਰਮੈਂਸ ਪ੍ਰੋਫਾਈਲ ਦੇਖ ਲੈਣੀ ਇੱਕ ਵਾਰੀ ਫਿਰ। ਸੋ ਤੁਸੀਂ ਦੇਖ ਲੈਣਾ ਮੈਂ ਵੀਡੀਓ ਕਿੱਦਾਂ ਬਣਾਉਂਦਾ ਜੀ, ਆਪਾਂ ਨਾਲ ਦੀ ਨਾਲ ਹੀ ਬਸ ਵੀਡੀਓ 440 ਬਣਾਈ ਦੀ, ਕੋਈ ਐਡਿਟ ਕਰਨ ਵਾਲਾ ਕੰਮ ਨਹੀਂ ਹੈਗਾ। ਅਤੇ ਹੋਪਫੁਲੀ ਤੁਸੀਂ ਲਾਈਕ ਕਰੋਗੇ ਅਤੇ ਪਿਆਰ ਵੀ ਦੇ ਰਹੇ ਆ, ਬਹੁਤ ਸਾਰੇ ਵੀਰ ਲਾਈਕ ਕਰਦੇ ਵੀਡੀਓ ਨੂੰ। ਅਤੇ ਹੁਣ ਇੱਥੇ ਆਪਾਂ ਦੇਖਦੇ ਹਾਂ ਇਹਦੀ ਜਿਹੜੀ ਆ ਪਰਫੋਰਮੈਂਸ ਪ੍ਰੋਫਾਈਲ ਕੀ ਦੱਸ ਰਹੀ ਹੈ। ਮੈਕਸੀਮਮ ਆਪਾਂ ਨੂੰ ਲੋਸ ਕਿੰਨਾ ਹੋਣਾ, ਇਹੀ ਜਿਹੜਾ $3.35 $0.30 ਪੇ ਕਰ ਰਹੇ ਹਾਂ, ਅਤੇ ਮੈਕਸੀਮਮ ਪ੍ਰੋਫਿਟ ਕਿਹੜਾ ਆ, $415। ਸੋ ਇੱਥੇ ਤੁਹਾਨੂੰ ਪਤਾ ਲੱਗ ਜਾਣਾ ਕਿ ਕਿਹੜੀ ਪ੍ਰਾਈਸ 'ਤੇ ਆਪਾਂ ਨੂੰ ਮੈਕਸੀਮਮ ਪ੍ਰੋਫਿਟ ਹੋ ਰਿਹਾ ਗੇਨ 215 'ਤੇ ਜਾ ਕੇ, ਹੈ ਨਾ। ਅਤੇ ਅੱਜ ਪ੍ਰੋਫਿਟ ਜੇ ਆਪਾਂ ਦੇਖੀਏ ਇੱਥੇ ਬੋਟਮ 'ਤੇ ਤਾਂ ਘੱਟ ਹੋਊਗਾ, ਜਿੱਦਾਂ ਜਿੱਦਾਂ ਅੱਗੇ ਜਾਈ ਜਾਵਾਂਗੇ ਅਤੇ ਪ੍ਰਾਈਸ ਸੇਮ ਵਧਣ 'ਤੇ ਆਪਾਂ ਨੂੰ ਪ੍ਰੋਫਿਟ ਜ਼ਿਆਦਾ ਹੋਊਗਾ। ਅਤੇ ਲੋਸ ਘੱਟ ਤੋਂ ਘੱਟ ਕਿੱਥੇ ਹੋ ਜਾਣਾ ਵਾ, $207, ਜਿਹੜਾ ਵੀ ਆਪਾਂ $207.50 ਬੋਟਮ ਵਾਲੀ ਸਟ੍ਰਾਈਕ ਪ੍ਰਾਈਸ ਕੀਤੀ ਆ, ਠੀਕ ਹੈ। ਹੁਣ ਤੁਸੀਂ ਚਾਹੁੰਦੇ ਹੋ ਕਿ 207.50 'ਤੇ ਮੇਰਾ ਲੋਸ ਨਾ ਹੋਵੇ, ਥੋੜ੍ਹਾ ਜਿਹਾ ਹੋਰ ਜੇ ਜ਼ਿਆਦਾ ਡਿੱਗੇ ਤਾਂ ਫਿਰ ਮੇਰਾ ਲੋਸ ਹੋਵੇ। ਫਿਰ ਜਿਹੜੀ ਆਪਾਂ ਸਟ੍ਰਾਈਕ ਪ੍ਰਾਈਸ ਬਾਏ ਕਰ ਰਹੀ ਹਾਂ ਉਹ 207 ਵਾਲੀ ਨਹੀਂ ਤੁਸੀਂ ਕਰਨੀ, ਉਹਨੂੰ 205 ਵਾਲੀ ਕਰ ਲਓ, ਵੀ ਜੇ ਇਹ ਤੋਂ ਥੱਲੇ ਡਿੱਗਾ ਮੇਰਾ ਲੋਸ ਹੋਵੇ ਫਿਰ ਉਹਦੇ ਵਿੱਚ ਤੁਹਾਡਾ ਜਿਹੜਾ ਮੈਕਸੀਮਮ ਲੋਸ ਆ ਉਹ ਥੋੜ੍ਹਾ ਵੱਧ ਜੂਗਾ, ਪਰ ਹੋਊਗਾ ਲੇਟ, ਠੀਕ ਹੈ। ਸੋ ਉਹ ਚੀਜ਼ ਹੋ ਸਕਦੀ ਹੈ, ਤੁਸੀਂ ਕਰ ਸਕਦੇ ਹੋ। ਪਰ ਇੱਥੇ ਆਪਾਂ ਦੇਖ ਲਿਆ ਕਿ ਕਿੱਦਾਂ ਇਹ ਡੈਬਿਟ ਸਪਰੈਡ ਕੰਮ ਕਰ ਰਿਹਾ। ਹੁਣ $415 ਆ, ਕਿੱਦਾਂ ਕੈਲਕੂਲੇਟ ਕਰਨਾ ਕਿ ਆਪਾਂ ਮੈਕਸੀਮਮ ਪ੍ਰੋਫਿਟ ਇਹਦੇ ਵਿੱਚ ਕੀ ਹੋ ਰਿਹਾ। ਸੇਮ ਸਟ੍ਰੈਟਜੀ ਜਿਹੜੀ ਤੁਹਾਨੂੰ ਮੈਂ ਪਿੱਛੇ ਦੱਸ ਕੇ ਹਟਿਆਂ ਉਹ ਯੂਜ਼ ਕਰਕੇ ਕੈਲਕੂਲੇਸ਼ਨ ਕਰਕੇ ਤਾਂ ਤੁਸੀਂ ਮੈਕਸ ਪ੍ਰੋਫਿਟ ਜਿਹੜਾ ਆ ਉਹ ਕੈਲਕੂਲੇਟ ਕਰ ਸਕਦੇ ਹੋ ਕਿ ਦੋਵਾਂ ਸਟ੍ਰਾਈਕ ਪ੍ਰਾਈਸਾਂ ਨੂੰ ਆਪਾਂ ਆਪਸ 'ਚ ਮਾਈਨਸ ਕਰ ਲੈਣਾ, 207 ਮਾਈਨਸ 215। ਸੋ ਜਿੰਨਾ ਵੀ ਆ ਗਿਆ ਉਹਦੇ ਵਿੱਚੋਂ ਜਿਹੜਾ ਡੈਬਿਟ ਦੇ ਰਹੇ ਹਾਂ ਉਹ ਮਾਈਨਸ ਕਰ ਲੈਣਾ, ਉਹ ਆਪਾਂ ਮੈਕਸੀਮਮ ਪ੍ਰੋਫਿਟ ਆ। ਬ੍ਰੇਕ ਈਵਨ ਪ੍ਰਾਈਸ ਕੀ ਹੋਊਗਾ, ਜਿੱਥੇ ਸਟਾਕ ਰਾਈਟ ਨਾਓ ਚੱਲ ਰਿਹਾ, ਮੰਨ ਲਓ ਕਿ ਸਟਾਕ ਇਹ ਚੱਲ ਰਿਹਾ ਟੈਸਲਾ ਰਾਈਟ ਨਾਓ 208.90 'ਤੇ ਜਾਂ 209 'ਤੇ ਲਾ ਦਿੰਦੇ ਹਾਂ, $209+$3.30 ਜਿਹੜੇ ਆਪਾਂ ਐਡ ਕਰਕੇ ਹੋ ਗਏ 212, ਉਹ ਆਪਣਾ ਆਜੂਗਾ ਬ੍ਰੇਕ ਈਵਨ ਪ੍ਰਾਈਸ 'ਚ, ਉੱਥੋਂ ਤੱਕ ਰਹਿੰਦਾ। ਜੇ ਉੱਥੋਂ ਥੱਲੇ ਆ ਫਿਰ ਆਪਾਂ ਨੂੰ ਘਾਟਾ ਪੈ ਸਕਦਾ। ਸੋ ਹੋਪਫੁਲੀ ਤੁਹਾਨੂੰ ਸਮਝ ਲੱਗ ਗਈ ਹੋਊਗੀ ਇਸ ਵੀਡੀਓ ਦੇ ਵਿੱਚ ਕਿ ਆਪਾਂ ਆਪਸ਼ਨ ਡੈਬਿਟ ਸਪਰੈਡ ਕਿੱਦਾਂ ਕਰਨਾ ਆ। ਸੋ ਮੈਂ ਨਹੀਂ ਕਹਿ ਰਿਹਾ ਕਿ ਰਾਈਟ ਵੇ ਜਾ ਕੇ ਸਾਰਾ ਡੈਬਿਟ ਸਪਰੈਡ ਦੇ ਵਿੱਚ ਵੜ ਜਾਓ, ਪੇਪਰ ਟ੍ਰੇਡਿੰਗ ਦੇ ਵਿੱਚ ਜਾਓ, ਟਰਾਈ ਕਰੋ, ਇਹਨੂੰ 2-4 ਟ੍ਰੇਡਾਂ ਕਰੋ, ਦੇਖੋ ਕੀ ਪ੍ਰੋਫਿਟ ਬਣਦਾ, ਕੀ ਲੋਸ ਹੁੰਦਾ ਆ। ਇੱਕ ਅੱਧੀ ਟ੍ਰੇਡ ਨੂੰ ਹੋਲਡ ਵੀ ਕਰਕੇ ਦੇਖੋ ਇੱਕ ਅੱਧਾ ਦਿਨ। ਪਰ ਸਭ ਤੋਂ ਵਧੀਆ ਤਰੀਕਾ ਇਹੀ ਆ ਕਿ ਜੇ ਤੁਸੀਂ ਕੁਇਕ ਰਿਜ਼ਲਟ ਦੇਖਣਾ ਕਿ ਹੁੰਦਾ ਆ, ਅਤੇ ਸਪਾਈ ਦੇ ਵਿੱਚ ਜਾ ਕੇ ਤੁਸੀਂ, ਕਿਉਂਕਿ ਉਹਦੀ ਐਵਰੀ ਡੇ ਦੀ ਐਕਸਪਾਇਰੀ ਆ, ਅਤੇ ਮੋਰਨਿੰਗ ਦੇ ਵਿੱਚ ਟ੍ਰੇਡ ਲੈ ਕੇ ਜਾਂ ਕੱਲ੍ਹ ਦੀ ਐਕਸਪਾਇਰੀ ਲੈ ਕੇ, ਅਤੇ ਇਹਨੂੰ ਤੁਸੀਂ ਟ੍ਰੇਡ ਕਰਕੇ ਦੇਖ ਸਕਦੇ ਹੋ ਕਿੱਦਾਂ ਆ। ਸੋ ਇੱਦਾਂ ਦੀਆਂ ਆਪਸ਼ਨਾਂ ਦੀਆਂ ਹੋਰ ਵੀ ਵੀਡੀਓ ਆਉਣਗੀਆਂ, ਇਹ ਕਿੱਦਾਂ ਦੀ ਲੱਗੀ ਆ ਲਾਈਕ ਕੀਤੀ ਆ ਕਮੈਂਟ ਕਰਕੇ ਜ਼ਰੂਰ ਦੱਸਿਓ। ਪਰ ਜਿਹੜੇ ਜਿਹੜੇ ਵੀਰ ਐਂਡ ਤੱਕ ਰਹਿ ਗਏ ਪਤਾ ਉਹਨਾਂ ਨੂੰ ਹੀ ਲੱਗਾ ਹੋਣਾ, ਜਿਹੜੇ ਮਿਡ ਦੇ ਵਿੱਚ ਛੱਡ ਗਏ ਆ ਉਹਨਾਂ ਨੂੰ ਨਹੀਂ ਪਤਾ ਲੱਗਾ ਹੋਣਾ ਕਿ ਜਿਹੜੀ ਆਪਸ਼ਨ ਡੈਬਿਟ ਸਪਰੈਡ ਆ ਉਹ ਕਿੱਦਾਂ ਵਰਕ ਕਰਦਾ। ਪਰ ਥੈਂਕ ਯੂ ਜਿਨ੍ਹਾਂ ਨੇ ਐਂਡ ਤੱਕ ਵਾਚ ਕੀਤਾ, ਸਬਸਕ੍ਰਾਈਬ ਜ਼ਰੂਰ ਕਰ ਲਿਓ, ਕਮੈਂਟ ਜ਼ਰੂਰ ਕਰਕੇ ਦੱਸਿਓ। ਦੈਟ ਵਿਲ ਬੀ ਦਾ ਬਿਗੈਸਟ ਮੋਟੀਵੇਸ਼ਨ ਫੋਰ ਮੀ ਤਾਂ ਕਿ ਮੈਂ ਹੋਰ ਵੀ ਇੱਦਾਂ ਦੀ ਵੀਡੀਓ ਬਣਾ ਕੇ ਅਤੇ ਲਗਾਤਾਰ ਤੁਹਾਨੂੰ ਟੀਚ ਕਰਦਾ ਰਹਾਂ।